ਹੈਲੋ ਫਰੈਂਡ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਫਰੈਂਡ ਕਿਵੇਂ ਸਾਰੇ ਉਮੀਦ ਕਰਦੀ ਆ ਕਿ ਫਰੈਂਡ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਹਾਂ ਤੇ ਅੱਜ ਦਾ ਆਪਾਂ ਬਲੌਗ ਸਟਾਰਟ ਕਰਨ ਜਾ ਰਹੇ ਦੁਪਹਿਰ ਦਾ ਟਾਈਮ ਹੈ ਇਹ ਤੇ ਇੱਥੇ ਮੈਂ ਬਣਾ ਰਹੀ ਸੀਗੀ ਮੈਗੀ ਇਸ ਤੋਂ ਪਹਿਲਾਂ ਦੇਖੋ ਜਿਹੜਾ ਆਪਾਂ ਨੇ ਕੱਲ ਵਲੋਗ ਖਤਮ ਕੀਤਾ ਸੀਗਾ ਉੱਥੇ ਮੈਂ ਸਟਾਰਟ ਕੀਤਾ ਦੋ ਛਰਟਾ ਬਣਾਉਣ ਤੋਂ ਬਾਅਦ ਮੈਂ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਮੈਂ ਕਿਹਾ ਚਲੋ ਬੱਚਿਆਂ ਲਈ ਆਪਾਂ ਬਣਾ ਦਿੰਨੇ ਆ ਮੈਗੀ ਤੇ ਕੁਝ ਕੁ ਰੋਟੀਆਂ ਪਈਆਂ ਸੀਗੀਆਂ ਯਾਨੀ ਕਿ ਸਵੇਰ ਦੀਆਂ ਮੈਂ ਕਿਹਾ ਚਲੋ ਖਾ ਲਾਂਗੇ ਕਿਉਂਕਿ ਆਪਾਂ ਸਵੇਰੇ ਵੀ ਦੇਖੋ ਲੇਡੀ ਰੋਟੀ ਬਣਾਈ ਸੀਗੀ 10:30 ਦਾ ਟਾਈਮ ਹੋ ਗਿਆ ਸੀਗਾ ਤੇ ਇੱਥੇ ਹੁਣ ਵੱਜ ਗਏ ਨੇ 2 ਵੱਜ ਗਏ ਸੀਗੇ ਹਾਂਜੀ ਤੇ ਹੁਣ ਆਪਾਂ ਚਲੋ ਰੱਖ ਦਿੰਨੇ ਆ ਮੈਗੀ ਤੇ ਇਹ ਕੁਝ ਭਾਂਡੇ ਜੇ ਹੋਏ ਪਏ ਸੀਗੇ ਤੇ ਨਾਲ ਦੀ ਨਾਲ ਇਹਨਾਂ ਨੂੰ ਵੀ ਮੈਂ ਮਾਂ ਦੇਵਾਂਗੀ ਸਵੇਰੇ ਮੈਂ ਮਾਂਜੇ ਨਹੀਂ ਸੀਗੇ ਸਵੇਰੇ ਯਾਨੀ ਕਿ ਸਵੇਰੇ ਸਵੇਰੇ ਮੈਂ ਮੰਨਦੇ ਸੀਗੇ ਉਸ ਤੋਂ ਬਾਅਦ ਜਿਹੜਾ ਫਿਰ ਆਪਾਂ ਨੇ ਨਾਸ਼ਤਾ ਕੀਤਾ ਸੀਗਾ ਉਹ ਮੈਂ ਭਾਂਡੇ ਨਹੀਂ ਮੰਜੇ ਸੀਗੇ ਕਿਉਂਕਿ ਫਿਰ ਮੈਨੂੰ ਨਾ ਕੱਲ੍ਹ ਯਾਨੀ ਕਿ ਸੂਟ ਬਣਾਉਣ ਦੀ ਸੀਗੀ ਮੈਂ ਕਿਹਾ ਸ਼ਰਟਾ ਕੱਢ ਦੇਵਾ ਫਟਾਫਟ ਭਾਂਡੇ ਤਾਂ ਮੈਂ ਕਿਹਾ ਚਲੋ ਮੈਂ ਫਿਰ ਵੀ ਮਾਂਜ ਦਵਾਂਗੀ ਕਿਉਂਕਿ ਫਿਰ ਉਹ ਤਰਪਾਈ ਵਗੈਰਾ ਵੀ ਦੇਣੇ ਹੁੰਦੇ ਨੇ ਨਾ ਤਾਂ ਕਰਕੇ ਪਾਂਡੇ ਫਿਰ ਮੈਂ ਛੱਡ ਨਹੀਂ ਹੁੰਨੀ ਆ ਅਗਰ ਜੇ ਮੈਨੇ ਕਈ ਵਾਰੀ ਸੂਟ ਦੇਣੇ ਹੁੰਦੇ ਨੇ ਕਿਉਂਕਿ ਚਲੋ ਫਿਰ ਇਹ ਕੰਮ ਤਾਂ ਹੈਨਾ ਮੈਂ ਖੜੇ ਖੜੇ ਜਦੋਂ ਕਿਚਨ ਚੋ ਕੁਝ ਬਣਾਉਣੀ ਆ ਨਾ ਤਾਂ ਫਿਰ ਮੈਂ ਨਾਲ ਦੀ ਨਾਲ ਭਾਂਡੇ ਵਗੈਰਾ ਉਦੋਂ ਮੈਂ ਧੋ ਦਿੰਨੀ ਹੁੰਨੀ ਆ ਇੱਥੇ ਦੇਖੋ ਇੰਨੇ ਆਪਣੀ ਮਹਗੀ ਬਣੀ ਐ ਤੇ ਨਾਲ ਦੀ ਨਾਲ ਮੈਂ ਕਿਚਨ ਵੀ ਦੇਖੋ ਕਰਤਾ ਸਾਰਾ ਕਲੀਨ ਕਰਤਾ ਤੇ ਭਾਂਡੇ ਕੁੰਡੇ ਦੇਖੋ ਆਪਾਂ ਸਾਰੇ ਮੰਨਤੇ ਨੇ ਤੇ ਇੱਥੇ ਬਣ ਗਿਆ ਫਰੈਂਡ ਦੇਖੋ ਆਪਣੀ ਮੈਗੀ ਤੇ ਫਰੈਂਡ ਜਿਹੜੇ ਆਪਣੇ ਚੈਨਲ ਤੇ ਨਿਊ ਆਉਂਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਲੀਜ਼ ਤੁਸੀਂ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਆਪਣਾ ਯਾਨਕੀ ਫਰੈਂਡ ਸਰਕਲ ਦੇ ਵਿੱਚ ਕਿਸੇ ਵੀ ਆਪਣੀ ਫੈਮਿਲੀ ਮੈਂਬਰ ਦੇ ਵਿੱਚ ਵੀਡੀਓ ਤੁਸੀਂ ਸ਼ੇਅਰ ਕਰੋ ਹੈਨਾ ਐਵੇਂ سپورਟ ਦੇਖੋ ਹੋ ਜਾਂਦੀ ਹੈ ਤੇ ਹੁਣ ਮੈਂ ਤੁਹਾਨੂੰ ਮਿਲ ਰਹੀ ਹਾਂ ਸਿੱਧਾ ਸ਼ਾਮ ਨੂੰ ਮੈਗੀ ਮੂਗੀ ਖਾ ਕੇ ਹੈਨਾ ਸ਼ਾਂਦੀ ਯਾਨਕੀ ਸ਼ਾਨ ਉਹ ਸੁਤਾ ਪਿਆ ਸੀਗਾ ਜਦੋਂ ਮੈਂ ਇਹਦੀ ਮੈਗੀ ਬਣਾਈ ਸੀਗੀ ਇਹਦੀ ਮੈਂ ਕੱਢ ਕੇ ਰੱਖਤੀ ਸੀਗੀ ਪਰ ਇਹ پیسے ਜਦੋਂ ਉੱਠੇ ਉਸ ਤੋਂ ਬਾਅਦ ਖਾ ਕੇ ਫਿਰ ਨਾਲ ਦੀ ਨਾਲ ਮੰਮੀ ਕੋਲੇ ਚਲਾ ਗਿਆ ਸੀਗਾ ਤੇ ਫਿਰ ਹੁਣ ਸਿੱਧਾ ਹੁਣ ਰਾਤ ਨੂੰ ਆਇਆ ਦੇਖੋ ਮੰਮੀ ਕੋਲੋਂ ਤੇ ਉੱਥੇ ਰੋਟੀ ਰੋਟੀ ਖਾਇਆ ਆ ਚਲੋ ਇਹ ਤੇ ਇੱਥੇ ਆਪਣੇ ਰੋਟੀ ਪਾਣੀ ਸਾਰਾ ਕੁਝ ਆਪਣਾ ਰਾਤ ਦਾ ਹੋ ਗਿਆ ਸੀਗਾ ਉਸ ਤੋਂ ਬਾਅਦ ਵਾਲੀ ਵੀਡੀਓ ਯਾਨੀ ਕਿ ਸ਼ਾਮ ਤੋਂ ਬਾਅਦ ਵਾਲੀ ਵੀਡੀਓ ਮੈਂ ਨਹੀਂ ਬਣਾਈ ਹੈਗੀ ਕਿਉਂਕਿ ਦੇਖੋ ਫਿਰ ਵੀਡੀਓ ਜਦੋਂ ਬਣਾਣੀ ਹੁੰਦੀ ਹੈ ਨਾ ਤਾਂ ਫਿਰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਅਪਲੋਡਿੰਗ ਤੇ ਐਡੀਟਿੰਗ ਤੇ ਤੇ ਇਸ ਕਰਕੇ ਫਿਰ ਆਪਣੇ ਕੋਲੇ ਦੇਖੋ ਇੱਕ ਫੋਨ ਹੈ ਤੇ ਫਿਰ ਐਵੇਂ ਫਿਰ ਪੋਸੀਬਲ ਨਹੀਂ ਹੁੰਦਾ ਹੈਗਾ ਕਿ ਮੈਂ ਨਾਲ ਦੀ ਨਾਲ ਦੂਜੀ ਵੀਡੀਓ ਵੀ ਸਟਾਰਟ ਕਰ ਦਵਾਂ ਇਸ ਕਰਕੇ ਤੇ ਫਿਰ ਦੇਖੋ ਵੀਡੀਓ ਵੀ ਆਪਣੇ ਟਾਈਮ ਤੇ ਆਉਣੀ ਆਣੀ ਯਾਨਕਿ ਚਾਹੀਦੀ ਹੈ ਤੇ ਰਾਤੀ ਵੀ ਦੇਖੋ ਮੈਂ ਬਹੁਤ ਜ਼ਿਆਦਾ ਲੇਟ ਵੀਡੀਓ ਪਾਈ ਸੀਗੀ ਤੇ ਉਹਦੇ ਲਈ ਮੈਂ ਤੁਹਾਡੇ ਤੋਂ ਚਲੋ ਸੌਰੀ ਮੰਗਦੀ ਆ ਤੇ ਚਲੋ ਜੀ ਹੁਣ ਆਪਾਂ ਦੇਖੋ ਕਰ ਲੈਨੇ ਆ ਕੱਪੜਿਆਂ ਦੀ ਤੈ ਰਮਨੀਤ ਦੇ ਡੈਡੀ ਦੇਖੋ ਰੋਟ ਰੋਟੀ ਖਾ ਕੇ ਸੋ ਗਏ ਸੀਗੇ ਇਹਨਾਂ ਨੂੰ ਮੈਂ ਇੰਨੀ ਵਾਰੀ ਕਿਹਾ ਵੀ ਜਦ ਤੱਕ ਬੱਚੇ ਨਹੀਂ ਸੌਂਦੇ ਨਾ ਵੀ ਤੁਸੀਂ ਸੋਇਆ ਨਾ ਕਰੋ ਸੋਇਆ ਨਾ ਕਰਿਆ ਕਰੋ ਕਿਉਂਕਿ ਫਿਰ ਦੇਖਿਓ ਸ਼ਾਨੂੰ ਨਾ ਬਿਲਕੁਲ ਵੀ ਆਪਣਾ ਨਹੀਂ ਸਾਹ ਵੀ ਨਹੀਂ ਕੱਢਦਾ ਹੈਗਾ ਕਈ ਵਾਰੀ ਜੋ ਕੋਈ ਗੱਲ ਦੱਸਣੀ ਹੋਵੇ ਬਿਲਕੁਲ ਐਨ ਹੌਲੀ ਹੌਲੀ ਬੋਲਦਾ ਹੁੰਦਾ ਅਗਰ ਜੇ ਵਿਚਾਰਾ ਰੋਂਦਾ ਨਾ ਤਾਂ ਅੰਦਰੀ ਸਾਹ ਘੁੱਟ ਲੈਂਦਾ ਹੁੰਦਾ ਇਹਨਾਂ ਨੂੰ ਮੈਂ ਇੰਨੀ ਵਾਰੀ ਕਿਹਾ ਵੀ ਤੁਸੀਂ ਐ ਨਾ ਕਰਿਆ ਕਰੋ ਤੇ ਹੁਣ ਮੈਂ ਹੀ ਕਹਿ ਰਹੀ ਸੀ ਕਿ ਇਹਨਾਂ ਨੂੰ ਵੀ ਜਗਾ ਵੀ ਰਹੀ ਸੀ ਮੈਂ ਕਿਹਾ ਦੇਖੀ ਐਵੇਂ ਕਰਦਾ ਇਹ ਮੈਂ ਕਿਹਾ ਤੁਸੀਂ 2 ਮਿੰਟ ਖੜ ਕੇ ਠਹਿਰ ਕੇ ਪੈ ਜਿਓ ਵੀ ਹੈ ਨਾ ਮੈਂ ਕਿਹਾ ਮੈਂ ਕੱਪੜੇ-ਕੁਪੜੇ ਤੈਹ ਲਾ ਲੈਂਦੀ ਆ ਫੇਰ ਪੈ ਜੂ ਮੈਂ ਕਿਹਾ ਤੁਸੀਂ ਤੇ ਬਸ ਫਿਰ ਇਹਨਾਂ ਦੀ ਨੀਂਦ ਹੀ ਇਹ ਜੇ ਰੋਟੀ ਖਾਣ ਤੋਂ ਬਾਅਦ ਫਿਰ ਇਹਨਾਂ ਨੂੰ ਨੀਂਦ ਛੇਤੀ ਆ ਜਾਂਦੀ ਹੈ ਕੁਛ ਅੱਜ ਸਵੇਰ ਦੇ 6:00 ਵੀ ਉੱਠੇ ਹੋਏ ਨੇ ਕ ਦੇ ਚਲੋ ਜੀ ਉਹਨਾਂ ਨੂੰ ਪਹਿ ਜਾਂਦੋ ਤੇ ਇੱਥੇ ਸ਼ਾਨੂ ਦੇਖੋ ਮੇਰੀ ਮਦਦ ਕਰਾ ਰਿਆ ਸੀਗਾ ਇਹ ਮੈਨੂੰ ਕੱਪੜੇ ਚੱਕ-ਚੱਕ ਕੇ ਦੇ ਰਿਆ ਸੀਗਾ ਮੈਨੇ ਨਾ ਜਾਣ ਕੇ ਆਪਣੇ ਕੱਪੜੇ ਦੇ ਡੈਡੀ ਦੇ ਕੱਪੜੇ ਵਿੱਚ ਮਿਕਸ ਕਰਤੇ ਸੀਗੇ ਫਿਰ ਇਹਨੂੰ ਪਤਾ ਲੱਗ ਗਿਆ ਵੀ ਮੰਮੀ ਦੇ ਕੱਪੜੇ ਮਿਕਸ ਹੋ ਗਏ ਇਹਨੇ ਫਿਰ ਮੈਨੂੰ ਅਲੱਗ ਕਰਕੇ ਦਿੱਤੇ ਤੇ ਚਲੋ ਜੀ ਇੱਥੇ ਮੈਂ ਸਾਰੇ ਕੱਪੜੇ ਸੈਟਿੰਗ ਕਰ ਦੰਨੀਆਂ ਕੱਪੜਿਆਂ ਦੀ ਹਰਮਨੀਤ ਰੋਟੀ ਖਾ ਕੇ ਵੈਸਾ ਆਪਣਾ ਨਾਲ ਦੀ ਨਾਲ 홀ੀਡੇ ਹੋਮਵਰਕ ਕਰਨ ਲੱਗ ਰਿਹਾ ਤੇ ਸ਼ਾਨੂ ਨੂੰ ਕਾਲੀ ਹੋ ਰਹੀਆ ਫਟਾਫਟ ਉਹ ਦੇਖੋ ਮੇਰੀ ਤਾਂ ਹੀ ਹੈਲਪ ਕਰਵਾ ਰਿਹਾ ਉਹਨੂੰ ਐ ਹੋ ਰਿਹਾ ਵੀ ਮਮਮੀ ਵਸ ਮੰਜਾ ਡਾ ਦਵੇ ਤੇ ਆਪਾਂ ਪੈ ਜੀਏ ਉਹਨੂੰ ਪੈਣੇ ਦੀ ਕਾਲੀ ਹੋ ਰਹੀ ਹੈ ਉਹਨੂੰ ਵੀ ਥੋੜੀ ਜਿਹੀ ਨੀਂਦ ਜੀ ਚੜੀ ਹੋਈ ਸੀਗੀ ਕਿਉਂਕਿ ਮਮਮੀ ਕੰਨੀ ਰੋਟੀ ਖਾਇਆ ਸੀਗਾ ਨਾ ਫੇਰ ਰੋਟੀ ਖਾ ਕੇ ਦੇਖੋ ਨੇਸਤੀ ਜੀ ਆਪਾਂ ਨੂੰ ਚੜ ਜਾਂਦੀ ਹੁੰਦੀ ਹੈ ਤੇ ਚਲੋ ਜੀ ਹੁਣ ਮੈਂ ਨਾਲ ਦੀ ਨਾਲ ਦੇਖੋ ਮੰਜਾ ਡਾਤਾ ਪਰ ਮੈਂ ਅੱਜ ਕਿਚਨ ਦਾ ਨਹੀਂ ਕੀਤਾ ਹੈਗਾ ਕਿਉਂਕਿ ਫੇਰ ਇਹ ਨਾ ਰੋਣ ਲੱਗ ਰਿਹਾ ਸੀਗਾ ਮੈਂ ਕਿਹਾ ਚਲੋ ਮੈਂ ਇਹਨੂੰ ਰੋਂਦੀ ਨਹੀਂ ਹੈਗੀ ਫੇਰ ਇਹਦੇ ਡੈਡੀ ਫੇਰ ਚਲੋ ਹਨਾ ਖੜਕਾ ਜਾਂ ਹੁੰਦਾ ਭਾਂਡਿਆ ਦਾ ਵੀ ਫੇਰ ਇਹ ਯਾਨੀ ਕਿ ਉੱਠ ਜਾਂਦੇ ਹੁੰਦੇ ਨੇ ਫੇਰੇ ساری ਰਾਤ ਫਿਰ ਵਿਚਾਰੇ ਫਿਰਦੇ ਰਹਿੰਦੇ ਨੇ ਰਮਨੀਤ ਤੇ ਰਾਣੀ ਨੂੰ ਫੇ ਨੀਂਦ ਨਹੀਂ ਆਉਂਦੀ ਹੈਗੀ ਫਿਰ ਮੈਂ ਚਲੋ ਦੋ ਕ ਭਾਂਡੇ ਛੱਡ ਤੇ ਮੈਂ ਚਲੋ ਸਵੇਰੇ ਕਰ ਲਵਾਂਗੀ ਮੈਂ ਉੱਠਦੇ ਸਾਰ ਸਵੇਰੀ ਮਾਂ ਦੇਵਾਂਗੀ ਤੇ ਇੱਥੇ ਮੈਂ ਕਰਾ ਦਿੰਦੀ ਆ ਨਾਲ ਦੀ ਨਾਲ ਸ਼ਾਨੂੰ ਨੂੰ ਦੇਖੋ ਕੰਮ ਹੌਲੀਡੇ ਹੋਮਵਰਕ ਤੇ ਰੋਜ਼ ਡੇਲੀ ਨੂੰ ਰਾਤ ਨੂੰ ਕਰਵਾ ਦਿੰਦੀ ਹੁੰਨੀ ਦਿਨੇ ਇਹ ਕਰਦਾ ਨਹੀਂ ਹੈਗਾ ਰਾਤ ਨੂੰ ਚਲੋ ਚੱਕ ਕੇ ਬੈਹਿੰਦਾ ਹੁੰਦਾ ਕਾਪੀ ਇਹ ਫੇ ਥੋੜਾ ਕੰਮ ਕਰਕੇ ਚਲੋ ਆਰਾਮ ਨਾਲ ਫਿਰ ਇਹ ਸੋ ਜਾਂਦਾ ਹੁੰਦਾ ਤੇ ਚਲੋ ਜੀ ਹੁਣ ਇਹਨੂੰ ਮੈਂ ਕੰਮ ਕਰਵਾ ਦਣੀ ਆ ਤੇ ਵਿੱਚ ਜਦ ਇਸ ਵਿੱਚ ਮੈਂ ਕੰਮ ਕਰਵਾ ਰਹੀ ਸੀਗੀ ਤਾਂ ਨਾ ਮੈਨੂੰ ਅਚਾਨਕ ਹੀ ਮੇ ਲੱਗਿਆ ਵੀ ਜਿਵੇਂ ਕਿ ਨਾ ਗਰਮ ਜਾ ਹੈ ਗਿਆ ਪਰ ਹਲਕਾ ਜਾ ਹੈ ਗਿਆ ਸੀਗਾ ਇਹ ਮੈਨੂੰ ਲੱਗੀ ਗਿਆ ਪਰ ਚਲੋ ਮੈਨੂੰ ਐ ਲੱਗੇ ਵੀ ਚਲੋ ਪੰਜ ਚਾਰ ਦਿਨ ਇਹ ਨਾ ਇਹਦੇ ਬੁਖਾਰ ਚੜਿਆ ਨਹੀਂ ਸੀਗਾ ਤੇ ਮੈਂ ਕਿਹਾ ਅੱਜ ਫੇਰ ਕੀ ਮੈਂ ਇਹਨੂੰ ਬੁਖਾਰ ਜਾ ਮੈਨੂੰ ਲੱਗਦਾ ਪਰ ਚਲੋ ਸ਼ੁਕਰ ਹੈ ਕਿ ਨਾ ਵੀ ਦਵਾਈ ਥੋੜੀ ਜਿਹੀ ਪਈ ਸੀਗੀ ਰਾਤ ਨੂੰ ਮੈਂ ਉਹ ਦੇਤੀ ਸੀਗੀ ਤੇ ਹੁਣ ਮੈਂ ਤੁਹਾਨੂੰ ਮਿਲ ਰਹੀਆਂ ਫਰੈਂਡ ਸਿੱਧਾ ਸਵੇਰੇ ਮਾਰਨਿੰਗ ਟਾਈਮ ਹੈ ਇਹ ਚਾਚੂ ਆਪਣੀ ਪੀ ਲਈ ਸੀਗੀ ਤੇ ਉਸ ਤੋਂ ਬਾਅਦ ਮੈਂ ਕਰਨ ਲੱਗੀ ਲੱਗੀ ਸੀਗੀ ਆਪਣਾ ਜਿਹੜਾ ਆਪਣਾ ਰੁਟੀਨ ਹੈਗਾ ਡੇਲੀ ਤਾਂ ਉਹ ਕਰਨ ਲੱਗੀ ਸੀਗੀ ਸਾਫ ਸਫਾਈ ਤੇ ਇੱਥੇ ਨਾ ਕਈ ਦਿਨਾਂ ਦੀਆਂ ਲੀਰਾ ਇਕੱਠੀਆਂ ਹੋ ਰਹੀਆਂ ਸੀਗੀਆਂ ਵਿੱਚੀ ਛੋਟੀਆਂ ਸੀਗੀਆਂ ਵਿੱਚੀ ਵੱਡੀਆਂ ਸੀਗੀਆਂ ਤਾਂ ਇਹਨਾਂ ਨੂੰ ਮੈਂ ਅਲੱਗ ਕਰ ਦਵਾਂਗੀ ਯਾਨੀ ਕਿ ਜਿਹੜੀਆਂ ਪਲੇਨ ਲੀਰਾ ਨੇ ਜਿਹੜੀਆਂ ਮੇਰੇ ਕੰਮ ਆ ਜਾਣੀਆਂ ਪਾਈਪਿੰਗ ਵਗੈਰਾ ਜਾਂ ਹੈ ਨਾ ਬੈਲਟ ਬੁਲਟ ਦੇ ਲਗਾਉਣ ਲਈ ਉਹਨਾਂ ਨੂੰ ਮੈਂ ਅਲੱਗ ਕਰ ਲਾਂਗੀ ਤੇ ਜਿਹੜੀ ਗੇਰਨ ਵਾਲੀਆਂ ਨੇ ਉਹਨਾਂ ਨੂੰ ਮੈਂ ਅਲੱਗ ਕਰ ਦਾਂਗੀ ਤੇ ਜਿਹੜੇ ਪ੍ਰਿੰਟਡ ਨੇ ਕਿਸੇ ਨੂੰ ਦੇਣ ਵਾਲੀਆਂ ਹੋਣਗੀਆਂ ਉਹ ਮੈਂ ਅਲੱਗ ਕਰ ਦਵਾਂਗੀ ਚਲੋ ਕਿਸੇ ਦੇ ਕੰਮ ਆ ਜਾਣਗੀਆਂ ਉਹ ਮੈਂ ਅਲੱਗ ਕਰਕੇ ਰੱਖ ਦਵਾਂਗੀ ਤੇ ਕਈ ਦਿਨਾਂ ਤੋਂ ਮੈਂ ਸੋਚ ਰਹੀ ਸੀ ਕਿ ਇਹਨਾਂ ਨੂੰ ਮੈਂ ਅਲੱਗ ਕਰਾਂ ਤੇ ਇੱਥੇ ਮੈਂ ਨਾ ਇੱਕ オーਰਗੈਂਜ਼ਾ ਫੈਬਰਿਕ ਉਹਨਾਂ ਨੂੰ ਮੈਂ ਅਲੱਗ ਕਰਕੇ ਰੱਖ ਰਹੀ ਸੀਗੀ ਇਹਨਾਂ ਦਾ ਮੈਂ ਕੁਝ ਬਣਾਵਾਂਗੀ ਤੇ ਆਉਣ ਵਾਲੀ ਵੀਡੀਓ ਵਿੱਚ ਤੁਹਾਨੂੰ ਮੈਂ ਇਹਨਾਂ ਦਾ ਦੱਸਾਂਗੀ ਕਿ ਮੈਂ ਕੀ ਬਣਾਇਆ ਹੈ ਨਾ ਤੇ ਪਹਿਲਾਂ ਮੈਂ ਚਲੋ オーਰਗੈਂਜ਼ਾ ਕਪੜਾ ਮੈਂ ਅਲੱਗ ਕਰਕੇ ਰੱਖ ਲਵਾਂਗੀ ਤੇ ਵਸੇ ਇੱਥੇ ਹੁਣ ਯਾਨੀ ਕਿ ਆਪਣੇ ਹਾਲੇ ਨਾਸ਼ਤਾ ਵਗੈਰਾ ਨਹੀਂ ਕੀਤਾ ਸੀਗਾ ਮੈਂ ਕਿਹਾ ਪਹਿਲਾਂ ਨਾ ਸਾਫ ਸਫਾਈ ਜੀ ਕਰ ਲੈਣੀ ਆ ਗਰਮੀ ਵਿੱਚ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਮੈਂ ਕਿਹਾ ਜਿਹੜੇ ਕੰਮ ਹੋ ਜਾਣ ਠੀਕ ਹੈ ਪਰ ਅਮਨੀਤ ਦੇ ਡੈਡੀ ਨੇ ਕਿਹਾ ਹੈ ਸੀਗਾ ਵੀ फटाफट ਵੀ ਪਹਿਲਾਂ ਮੈਨੂੰ ਰੋਟੀ ਦੇਵੇ ਮੈਨੂੰ ਆਇਆ ਸੀਗਾ ਕਿ ਪਹਿਲਾਂ ਪਹਿਲਾਂ ਮੈਂ ਗਰਮੀ ਯਾਨੀ ਕਿ ਆਪਣਾ ਕੰਮ ਕਰਾਂ ਫਿਰ ਮੈਂ ਨਹਾ ਲਵਾਂ ਹੈ ਨਾ ਯਾਨੀ ਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਤਾਂ ਇੱਥੇ ਪਹਿਲਾਂ ਮੈਂ फटाफट ਲਗਾ ਦਿੰਨੀ ਆ ਹੁਣ ਝਾੜੂ ਲੀਰਾ ਲੋਰਾ ਦੇਖੋ ਜਿਹੜੀਆਂ ਦੇਣ ਵਾਲੀਆਂ ਸੀਗੀਆਂ ਮੈਂ ਨੇ ਅਲੱਗ ਕਰਤੀਆਂ ਜਿਹੜੀਆਂ ਸਾਂਭਣ ਵਾਲੀਆਂ ਸੀਗੀਆਂ ਉਹ ਮੈਂ ਨੇ ਅਲੱਗ ਕਰਕੇ ਰੱਖਤੀਆਂ ਤੇ ਇੱਥੇ ਇੱਕ ਵਾਰੀ ਮੈਂ ਪਹਿਲਾਂ ਲਗਾ ਲੰਨੀ ਆ ਝਾੜੂ ਝਾੜੂ ਲਗਾ ਕੇ ਫਿਰ ਮੈਂ ਦੇਖ ਲਈਏ ਵੀ ਅੱਗੇ ਮੈਨੇ ਹੋਰ ਕੀ ਕਰਨਾ ਅੱਜ ਯਾਨੀ ਕਿ ਸੂਟ ਤਾਂ ਮੈਨੇ ਕੋਈ ਦੇਣਾ ਤਾਂ ਹੈ ਗਿਆ ਪਰ ਮੈਂ ਅੱਜ ਸ਼ਾਇਦ ਨਹੀਂ ਬਣਾਉਣਾ ਹੈ ਗਿਆ ਪਹਿਲਾਂ ਅੱਜ ਮੈਂ ਸਾਰੀ ਘਰ ਦੀ ਥੋੜੀ ਜਿਹੀ ਬਹੁਤੀ ਸੈਟਿੰਗ ਜੀ ਕਰਾਂਗੀ ਤੇ ਦੇਖੋ ਸ਼ਾਨੂੰ ਵੀ ਉੱਠ ਗਿਆ ਸੀਗਾ ਇਹਨੂੰ ਮੈਂ ਦੁੱਧ ਦੱਦ ਪਿਲਾਤਾ ਸੀਗਾ ਪਰ ਇਹਨੂੰ ਹੁਣ ਚਲੋ ਬੁਖਾਰ ਹੈ ਨਹੀਂ ਸੀਗਾ ਤੇ ਰਾਤੀ ਨੂੰ ਥੋੜਾ ਜਿਹਾ ਕ ਹੈ ਗਿਆ ਸੀਗਾ ਮੈਨੂੰ ਲੱਗਿਆ ਸੀਗਾ ਫਿਰ ਚਲੋ ਮੈਂ ਦਵਾਈ ਦੇਤੀ ਸੀਗੀ ਤੇ ਇੱਥੇ ਬਸ ਹੁਣ ਮੈਂ ਕਰ ਦਿੰਨੀ ਆ ਕੂੜਾ ਕਾੜਾ ਮੈਂ ਚੱਕ ਦਿੰਨੀ ਆ ਤੇ ਸ਼ਾਨੂੰ ਲੱਗ ਰਿਹਾ ਸੀਗਾ ਖੇਡਣ ਤੇ ਮੈਂ ਕਿਹਾ ਚਲੋ ਖੇਡੀ ਜਾਂਦੇ ਹੈਨਾ ਤੇ ਰਮਣੀ ਤੇ ਲੱਗ ਰਿਹਾ ਸੀਗਾ ਯਾਨੀ ਕਿ ਆਪਣਾ ਉਹ ਜਾ ਕੇ ਕਾਲਜ ਗਿਆ ਸੀਗਾ ਅੱਜ ਖੇਡਣ ਚਲਾ ਜਾਂਦੇ ਕਾਲਜ ਆਪਣੇ ਲਾ ਵੀ ਆ ਨੇ ਬਿਲਕੁਲ ਹੀ ਤੇ ਇਸ ਕਰਕੇ ਵੈਸ ਕੋਲ ਚ ਖੇੜ ਖੂੜ ਕੇ ਯਾਨਕਿ ਐਕਸਰਸਾਈਜ਼ ਕੁਛ ਕਰਿਆ ਹੁੰਦੇ ਨੇ ਬੱਚੇ ਬੱਚੇ ਰਲ ਕੇ ਵਗ ਜਾਂਦੇ ਹੁੰਦੇ ਨੇ ਫਰੈਂਡ ਤੇ ਹੁਣ ਆ ਕੇ ਵੈਸ ਉਹ ਨਾਲ ਦੀ ਨਾਲ ਆਪਣਾ ਹੌਲੀਡੇ ਹੋਮਵਰਕ ਕਰ ਰਿਆ ਸੀਗਾ ਤੇ ਚਲੋ ਜੀ ਹੁਣ ਉਹਨੂੰ ਮੈਂ ਦੁੱਧਾ ਤੇ ਦੇ ਕੇ ਰਵਨੀਤ ਨੂੰ ਤੇ ਫੇਰ ਹੁਣ ਮੈਂ ਚਲੋ ਬਾਹਰ ਦਾ ਵੀ ਅੰਦਰੋਂ ਮੈਂ ਸਾਰਾ ਝਾੜੂ ਲਗਾਤਾ ਤੇ ਹੁਣ ਮੈਂ ਬਾਹਰ ਦਾ ਵੀ ਲਗਾ ਦਿੰਨੀ ਆ ਤੇ ਅੱਜ ਰਵਨੀਤ ਦੇ ਡੈਡੀ ਨਾ ਬੈਸ ਕੁਛ ਵੀ ਨਹੀਂ ਬੋਲ ਰਹੇ ਹੈਗੇ ਕੁਛ ਵੀ ਨਹੀਂ ਐਵੇਂ ਬਿਲਕੁਲ ਘਮਸੂਮਾ ਪਏ ਨੇ ਤੇ ਇਹਨਾਂ ਨੂੰ ਮੈਂ ਛੇੜੀ ਜਾਂਦੀ ਸੀਗੀ ਵੀ ਆ ਕੀ ਹੋ ਗਿਆ ਕੀ ਹੋ ਗਿਆ ਵੀ ਕੁਛਤਾ ਬੋਲੋ ਕੁਛਤਾ ਬੋਲੋ ਪਰ ਨਹੀਂ ਅੱਜ ਪਤਾ ਨਹੀਂ ਕੀ ਕਾਦੀ ਇਹਨਾਂ ਨੇ ਆਪਣੇ ਦਿਮਾਗ ਤੇ ਟੈਨਸ਼ਨ ਜੀ ਪਾਰਕ ਹੀ ਐ ਇਹਨਾਂ ਨੇ ਮੈਨੂੰ ਕੁਝ ਦੱਸਿਆ ਨਹੀਂ ਹੈਗਾ ਪਰ ਕੋਈ ਗੱਲ ਵੀ ਹੋਈ ਤਾਂ ਹੈ ਨੀਗੀ ਪਰ ਅੱਜ ਵੈਸੇ ਜਮਾ ਚੁੱਪ ਨੇ ਤੇ ਨਾ ਹੀ ਅੱਜ ਇਹਨਾਂ ਨੇ ਕੋਈ ਵੀ ਇੱਕ ਵੀ ਯਾਨਕੀ ਚੀਜ਼ ਚੱਕ ਕੇ ਇੱਧਰ ਤੋਂ ਇੱਧਰ ਰੱਖੀ ਐ ਚਲੋ ਤਾਂ ਕੋਈ ਗੱਲ ਨਹੀਂ ਕੰਮ ਤਾਂ ਦੇਖੋ ਮੈਂ ਆਪ ਹੀ ਕਰ ਲੈਣੀ ਹੁੰਦੀ ਆ ਪਰ ਮੈਂ ਇਹਨਾਂ ਨੂੰ ਪੁੱਛੀ ਜਾਂਦੀ ਸੀ ਕਿ ਮੈਨੂੰ ਦੱਸ ਦੱਸ ਤੂੰ ਇਹਨਾਂ ਨੇ ਕੋਈ ਵੀ ਗੱਲ ਮੈਨੂੰ ਦੱਸੀ ਨਹੀਂ ਹੈਗੀ ਤੇ ਮੈਂ ਕਿਹਾ ਪਤਾ ਨਹੀਂ ਕੀ ਚਲੋ ਮੈਂ ਕਿਹਾ ਮੈਨੂੰ ਫਿਰ ਆਪਣਾਇਆ ਹੋ ਗਿਆ ਵੀ ਪਹਿਲਾਂ ਮੈਂ फटाफट ਕੰਮ ਕਰਾਂ ਤੇ ਇਹਨਾਂ ਨੂੰ ਰੋਟੀ ਦਮਾਸ਼ਾ ਇਹ ਦੂ ਰੋਟੀ ਕਰਕੇ ਨਾ ਕਿਤੇ ਕਰਦੇ ਹੋਣ ਪਰ ਇਹ ਮੈਂ ਇਹਨਾਂ ਨੂੰ ਰੋਟ ਰੋਟੀ ਵੀ ਦੇਤੀ ਸੀਗੀ ਉਸ ਤੋਂ ਬਾਅਦ ਵੀ ਫਿਰ ਇਹਨਾਂ ਦਾ ਇਹੀ ਹਾਲ ਸੀਗਾ ਮੈਂ ਇਹਨਾਂ ਨੂੰ ਪੁੱਛੀ ਗਿਆ ਇਹਨਾਂ ਨੂੰ ਮੈਨੂੰ ਦੱਸੀ ਨਹੀਂ ਹੈਗੀ ਕੀ ਗੱਲ ਹੋਈ ਹੈ ਤੇ ਚਲੋ ਜੀ ਇੱਥੇ ਹੁਣ ਮੈਂ ਲਗਾ ਦੇਣੀ ਆ ਝਾੜੂ ਲਗਾ ਦੇਣੀ ਆ ਤੇ ਦੇਖੋ ਧੁੱਪ ਨਿਕਲਣ ਤੋਂ ਪਹਿਲਾਂ ਪਹਿਲਾਂ ਮੈਂ ਕਿਹਾ ਸਾਰੇ ਕੰਮ ਜਿਹੜੇ ਹੈਗੇ ਨੇ ਮੈਂ ਗਰਮੀ ਵਾਲੇ ਕਿਉਂਕਿ ਫਿਰ ਬਾਅਦ ਚ ਗਰਮੀ ਜੀ ਲੱਗਣ ਲੱਗ ਜਾਂਦੀ ਹੈ ਨਾ ਤੇ ਮੈਂ ਕਿਹਾ ਫਿਰ ਸਾਰੇ ਕੰਮ ਮੈਂ ਕਰ ਲੈਣੇ ਤੇ ਵੈਸੇ ਇੱਥੇ ਮੈਂ ਝਾੜੂ ਝੂੜੂ ਕੱਢ ਕੇ ਤੇ ਪੋਚਾ ਪੋਚਾ ਲਾ ਕੇ ਫੇਰ ਮੈਂ ਨਹਾ ਕੇ ਫੇਰ ਆਪਣਾ ਯਾਨੀ ਕਿ ਕਰਾਂਗੀ ਰੋਟੀ ਪਾਣੀ ਦਾ ਕੰਮ ਕਰਨਾ ਮੈਨੇ ਫੇਰ ਆਰਾਮ ਨਾਲ ਬੈਠ ਕੇ ਜਦੋਂ ਰੋਟੀ ਖਾਣੇ ਤਾਂ ਸ਼ਾਂਤੀ ਜੀ ਮਿਲਦੀ ਹੈ ਵੀ ਚਲੋ ਹੈਨਾ ਫੇਰ ਕਾਸੀ ਜੀ ਚਲੋ ਟੈਨਸ਼ਨ ਜੀ ਹੁੰਨੀ ਹੁੰਦੀ ਹੈਗੀ ਚਲੋ ਆਪਾਂ ਨੇ ਕੋਈ ਹੋਰ ਕੰਮ ਕਰਨੇ ਨੇ ਹੈਨਾ ਬਿਆਨ ਨਹੀਂ ਹੁੰਦਾ ਕਿ ਫੇਰ ਆਰਾਮ ਨਾਲ ਆਪਣਾ ਬੈ ਕੇ ਰੋਟੀ ਖਾ ਲਵਾਂਗੇ ਵੱਸਾ ਇੱਥੇ ਹੋਣਾ ਜਿਹੜਾ ਮੋਟਰਸਾਈਕਲ ਮੈਨੇ ਇੱਧਰਲੀ ਸਾਈਡ ਲਗਾਏ ਸੀਗਾ ਇਹਨੂੰ ਵੀ ਮੈਂ ਹੁਣ ਸ਼ਾਮੇ ਕਰ ਦਨੀ ਆ ਕਿਉਂਕਿ ਰਮਣੀਤੇ ਦੇ ਡੈਡੀ ਨੇ ਹਲੇ ਕੋਈ ਕੰਮ ਤੇ ਤਾਂ ਜਾਣਾ ਨਹੀਂ ਹੈਗਾ ਫਿਰ ਜਦੋਂ ਜਾਣਾ ਹੋਊਗਾ ਉਦੋਂ ਆਪਣਾ ਕੱਢ ਲਾਂਗੇ ਇਹਨੂੰ ਮੈਂ ਸ਼ਾਮੇ ਕਰ ਦਨੀ ਆ ਤੇ ਅੱਜ ਦੇਖੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ ਦੇਖੋ ਇਹ ਮੇਰੀ ਜਿੰਨੀ ਵੀ ਮੇਰੀ YouTube ਫੈਮਿਲੀ ਹੈ ਉਹਨਾਂ ਦਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਹੈ ਨਾ ਤੇ ਪ੍ਰਮਾਤਮਾ ਨੇ ਮੇਰੀੰਨੀ ਜਿਆਦਾ ਸੁਣੀ ਹੈ ਨਾ ਮੈਨੂੰ ਆਪਣੀ ਮਿਹਨਤ ਦਾ ਦੇਖੋ ਫਲ ਮਿਲ ਗਿਆ ਤੇ ਜਿਹਦਾ ਮੈਨੂੰ ਇੰਤਜ਼ਾਰ ਸੀ ਹੈ ਨਾ ਚਲੋ ਉਹ ਵੀ ਚਲੋ ਮੈਨੂੰ ਮਿਲ ਗਿਆ ਦੇਖੋ ਤੇ ਆ ਦੇਖੋ ਆਪਣਾ ਆ ਗਿਆ ਹੈ Google AdSense ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਪਈ ਹੋਈ ਸੀਗੀ ਵੀ ਹਾਏ ਆਊਗਾ ਕਿ ਨਹੀਂ ਆਊਗਾ ਆਊਗਾ ਕਿ ਨਹੀਂ ਆਊਗਾ ਕਿਉਂਕਿ ਮੈਂ ਜਦੋਂ ਹਨ ਦੇਖਦੀ ਸੀਗੀ ਵੀ ਕਿਸੇ ਦਾ ਕੈਨਸਲ ਹੋ ਗਿਆ ਕਿਸੇ ਦਾ ਆ ਹੋ ਗਿਆ ਕਿਸੇ ਦਾ ਵਾਹ ਹੋ ਗਿਆ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਪਈ ਹੋਈ ਸੀਗੀ ਤੇ ਮੈਂ ਜਿਹੜਾ ਯਾਨੀ ਕਿ ਆਪਣਾ ਇਹ ਭਰਦੇ ਹੁੰਨੇ ਆਪਾਂ ਮੋਨਟਾਈਜ਼ ਇਹ ਵੀ ਮੈਨੇ ਕਿਸੇ ਦੀ ਹੈਲਪ ਤੋਂ ਲੈ ਕੇ ਕਰਵਾਇਆ ਸੀਗਾ ਉਹਨਾਂ ਦਾ ਵੀ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਆਂ ਦੀਦੀ ਦਾ ਤੇ ਦੇਖੋ ਮੈਂ ਬਹੁਤ ਜ਼ਿਆਦਾ ਖੁਸ਼ ਆ ਇਹ ਇਹ ਕੱਲ ਵਾਲੀ ਕਲਿੱਪ ਹੈ ਜਦੋਂ ਮੈਂ ਕੱਲ ਤੁਹਾਨੂੰ ਸੂਟ ਦਿਖਾ ਰਹੀ ਸੀਗੀ ਨਾ ਤੇ ਉਹਨਾਂ ਦੇ ਵਿੱਚੋਂ ਦੇਖੋ ਫੋਨ ਆ ਗਿਆ ਸੀਗਾ ਇਹਨਾਂ ਦਾ ਇਹਨਾਂ ਨੂੰ ਮੈਂ ਡੇਲੀ ਫੋਨ ਕਰ ਲੈਂਦੀ ਹੁੰਦੀ ਸੀਗੀ ਕਿ ਵੀਰ ਜੀ ਆ ਗਿਆ ਕਿ ਨਹੀਂ ਆ ਗਿਆ ਕਿ ਨਹੀਂ ਪਰ ਇਹ ਅੱਜ ਇਹਨਾਂ ਦਾ ਉਹਦੀ ਫੋਨ ਆ ਗਿਆ ਸੀਗਾ ਕਿ ਤੁਹਾਡਾ ਆ ਗਿਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਵੀ ਦੇਖੋ ਆਪਣਾ Google AdSense ਆ ਗਿਆ ਤੇ ਆਪਾਂ ਨੂੰ ਆਪਣੀ ਮਿਹਨਤ ਦਾ ਦੇਖੋ ਫਲ ਮਿਲ ਗਿਆ ਤੇ ਮੇਰੇ ਸਾਲ ਪਰ ਦੀ ਮਿਹਨਤ ਹਲੇ ਸਾਲ ਨਹੀਂ ਹੋਇਆ ਹੈਗਾ ਤੇ ਚਲੋ ਸਾਲ ਵੀ ਹੋਣ ਵਾਲਾ ਹੋ ਜੂਗਾ ਸਾਲ ਵੀ ਤੇ ਦੇਖੋ ਹੁਣ ਰਮਣੀਤ ਕਹਿੰਦਾ ਕਹਿੰਦਾ ਮੰਮੀ ਮੈਨੇ ਓਪਨਿੰਗ ਕਰਨੀ ਆ ਮੈਂ ਕਿਹਾ ਚਲ ਠੀਕ ਐ ਕੋਈ ਨਾ ਬੱਚਿਆਂ ਨੂੰ ਵੀ ਦੇਖੋ ਹੁੰਦਾ ਹੈ ਨਾ ਤੇ ਇੱਥੇ ਮੈਂ ਅੱਜ ਕਿਸੇ ਇੱਕ ਆਪਣੇ ਸਬਸਕ੍ਰਾਈਬਰ ਦਾ ਨਾਮ ਨਹੀਂ ਬੋਲਾਂਗੀ ਮੈਂ ਸਾਰੇ ਵੀ ਜਿੰਨੀ ਮੇਰੀ YouTube ਫੈਮਲੀ ਹੈ ਜੀ ਚਾਹੇ ਮੈਨੂੰ ਫੁੱਲ ਵਾਚ ਕਰਦੇ ਨੇ ਹੈਨਾ ਚਾਹੇ ਕਮੈਂਟ ਕਰਦੇ ਨੇ ਚਾਹੇ ਨਹੀਂ ਕਰਦੇ ਨੇ ਲਾਈਕ ਕਰਦੇ ਨੇ ਚਾਹੇ ਨਹੀਂ ਕਰਦੇ ਨੇ ਜਿੰਨੀ ਵੀ ਮੇਰੀ YouTube ਫੈਮਲੀ ਉਹਨਾਂ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ ਤੇ ਕਿਉਂ ਤੁਹਾਡੇ ਤੋਂ ਬਿਨਾ ਦੇਖੋ ਇਹ ਕੁਝ ਵੀ ਨਹੀਂ ਮਿਲਣਾ ਸੀਗਾ ਮੈਨੂੰ ਤੇ ਅਗਰ ਤੁਹਨੇ ਸਾਥ ਦਿੱਤਾ ਦੇਖੋ ਹੈਨਾ ਰੱਬ ਨੇ ਪ੍ਰਮਾਤਮਾ ਨੇ ਸਾਥ ਦਿੱਤਾ ਤਾਂ ਇਹ ਦੇਖੋ ਹੈਨਾ ਹੋ ਸਕੇ ਆ ਤੇ ਦੇਖੋ ਆਪਣਾ ਆ ਗਿਆ ਹੁਣ Google पिन ਤੇ ਹੁਣ ਚਲੋ ਮੇਰੀ ਬਹੁਤ ਜ਼ਿਆਦਾ ਟੈਨਸ਼ਨ ਖਤਮ ਹੋ ਗਈ ਤੇ ਹੁਣ ਆਪਾਂ ਨੇ ਹੋਰ ਵੀ ਅੱਗੇ ਜ਼ਿਆਦਾ ਅੱਗੇ ਮਿਹਨਤ ਕਰਨੀ ਹੈ ਤੇ ਬਸ ਤੇ ਹੁਣ ਮੈਂਤ ਕਰਕੇ ਫਿਰ ਹੈਨਾ ਹੁਣ ਰਮਨੀਤ ਦੇ ਡੈਡੀ ਵੀ ਚਲੋ ਖੁਸ਼ ਜੇ ਸੀਗੇ ਤੇ ਫਰੈਂਡ ਹੈਗੇ ਨੈਕਸਟ ਡੇ ਦੇਖੋ ਹੈਨਾ ਕੰਮਕੁਮ ਕਰਨ ਤੋਂ ਬਾਅਦ ਤੇ ਫਿਰ ਛਾਨੂੰ ਨੂੰ ਥੋੜੀ ਜਿਹੀ ਕਿ ਨਾ ਅੱਜ ਮੈਨੂੰ ਗਰਮੀ ਜੀ ਲੱਗ ਰਹੀ ਸੀਗੀ ਨੇ ਬਹੁਤ ਜ਼ਿਆਦਾ ਯਾਨਕਿ ਪਤਲੀ ਜੀ ਲੈਟਰਿੰਗ ਕਰ ਰਹੀ ਸੀਗੀ ਫਿਰ ਮੈਂ ਰਮਨੀਤ ਦੇ ਡੈਡੀ ਨੂੰ ਕਹਾਂ ਮੈਂ ਕਿ ਚਲੋ ਤੁਸੀਂ ਇਹਨੂੰ ਹੈਨਾ ਦਵਾਈ ਦਵਾ ਲਿਓ ਤੇ ਵੈਸੇ ਉਹਨੇ ਦਵਾਈ ਲੈ ਕੇ ਆਏ ਸੀਗੇ ਤੇ ਉਹ ਮੈਂ ਇਹਨੂੰ ਦੇ ਰਹੀ ਸੀਗੀ ਚਲੋ ਜੀ ਦਵਾਈ ਦੂਈ ਦੇ ਕੇ ਤੇ ਫਿਰ ਇਹਨੂੰ ਥੋੜਾ ਜਿਹਾ ਮੈਂ ਆਰਾਮ ਕਰਵਾਵਾਂਗੀ ਮੈਂ ਚਲੋ ਇਹਦੇ ਨਾਲ ਪੈ ਜਾਵਾਂਗੇ ਹਨਾ ਤੇ ਫਿਰ ਇਹ ਸੋ ਜਾਂਦਾ ਹੁੰਦਾ ਤੇ ਫਿਰ ਰਮਨੀਤ ਦੇ ਡੈਡੀ ਦਾ ਜਮੂੰਡ ਥੋੜਾ ਕਿ ਮੈਨੂੰ ਬੀਪੀ ਪਤਾ ਨਹੀਂ ਲੋ ਹੈ ਇਹ ਐ ਕਹ ਰਹੇ ਸੀ ਕਿ ਵੀ ਚੈੱਕ ਕਰੀ ਵੀ ਮੈਨੂੰ ਵੀ ਥੋੜਾ ਕਿ ਬੁਖਾਰ ਜਾ ਲੱਗਦਾ ਤੇ ਮੈਂ ਫਿਰ ਇਹਨਾਂ ਨੂੰ ਦੇਖਿਆ ਸੀਗਾ ਮੈਂ ਕਿਹਾ ਹਾਂ ਥੋੜਾ ਜਿਹਾ ਹੈ ਗਿਆ ਅੱਜ ਤਾਂ ਬੱਸ ਸੈਨ ਲਗ ਲੋ ਲਾ ਲਓ ਵੀ ਤੁਸੀਂ ਕੁਝ ਵੀ ਨਹੀਂ ਬੋਲ ਰਹੇ ਹੈਗੇ ਇਹ ਤੇ ਮੈਂ ਇਹਨਾਂ ਨੂੰ ਇੰਨਾ ਬੁਲਾ ਰਹੀ ਆ ਵੀ ਕੋਈ ਮੇਰੇ ਨਾਲ ਹਾਸੀ ਮਜ਼ਾਕ ਕਰੇ ਪਰ ਨਹੀਂ ਕਰ ਰਹੇ ਹੈਗੇ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਗੱਲ ਦੀ ਟੈਨਸ਼ਨ ਜੀ ਪਈ ਹੋਈ ਹੈ ਤੇ ਬਸ ਇਹਨਾਂ ਨੂੰ ਮੈਂ ਛੇੜੀ ਜਾਂਦੀ ਸੀਗੀ ਪਰ ਇਹ ਮੇ ਤਾਂ ਛਿੜ ਨਹੀਂ ਰਹੇ ਸੀਗੇ ਯਾਨੀ ਕਿ ਹੱਸ ਨਹੀਂ ਰਹੇ ਸੀਗੇ ਤੇ ਚਲੋ ਜੀ ਰੋਟੀ ਰੋਟੀ ਅਸੀਂ ਨੇ ਖਾ ਲਈ ਸੀਗੀ ਤੇ ਬਸ ਰੋਟੀ ਰੋਟੀ ਖਾ ਕੇ ਬੱਚਿਆਂ ਨੂੰ ਮੈਂ ਯਾਨੀ ਕਿ ਸ਼ਾਨੂ ਨੂੰ ਮੈਂ ਦੇ ਦੇਣੀ ਹੈ ਦਵਾਈ ਤੇ ਰਮਣੀ ਤਾਂ ਆਪਣਾ ਕਰ ਰਿਹਾ ਸੀਗਾ 홀ੀডে హోਮਵਰਕ ਇਹਦਾ ਕੰਪਲੀਟ ਨਹੀਂ ਹੈਗਾ ਤੇ ਉਹ ਜਿਹੜਾ ਇਹਨਾਂ ਨੇ ਯਾਨੀ ਕਿ ਟੀਚਰਸ ਨੇ ਐਕਟੀਵਿਟੀਜ਼ ਜੀ ਵਗੈਰਾ ਦਿੱਤੀਆਂ ਨੇ ਨਾ ਤੇ ਉਹ ਕਰ ਰਿਹਾ ਸੀਗਾ ਇਹ ਪੋਲੀਥੀਨ ਦੇ ਵਿੱਚ ਦਾਲਾ ਦੁਲਾ ਜੀ ਆ ਪਾ ਕੇ ਉਹ ਬਣਾ ਰਿਹਾ ਸੀਗਾ ਕੁਝ ਜਿਹੜਾ ਟੀਚਰ ਨੇ ਦਿੱਤਾ ਤੇ ਹੁਣ ਮੈਂ ਰਮਨੀਤ ਦੇ ਜੜੀ ਨੂੰ ਵੀ ਐ ਗੱਲਾਂ ਗੱਲਾਂ ਵਿੱਚ ਕੁਛ ਨਾ ਕੁਛ ਕਹੀ ਜਾਂਦੀ ਸੀਗੀ ਵੀ ਮੇਰੇ ਨਾਲ ਚਲੋ ਝੋੜ ਚੂੜ ਜੀ ਕਰਨ ਇਹ ਪਰ ਨਹੀਂ ਚਲੋ ਜੀ ਸ਼ਾਮ ਤੱਕ ਦੇਖੋ ਇਹਨਾਂ ਦਾ ਮੁੰਡ ਠੀਕ ਹੋ ਜਾਊਗਾ ਤੇ ਹੁਣ ਵੀ ਕੁਝ ਮੈਂ ਆਪਣੇ ਜ਼ਿਆਦਾਤਰ ਆਪਣੇ ਕੰਮਾਂ ਦੇ ਵਿੱਚ ਰੁੱਝੀ ਹੋਈ ਸੀਗੀ ਤੇ ਚਲੋ ਜੀ ਹੁਣ ਦਵਾਈ ਦੇ ਇੱਥੇ ਅੱਜ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਆਪਣੇ ਚੈਨਲ ਤੇ ਨਿਊ ਨਿਊ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰੇ ਬਿਨਾ ਦੇਖੇ ਤੁਸੀਂ ਜਾਇਓ ਨਾ ਤੇ ਜਿਹੜੇ ਨਿਊ ਆਂਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਲੀਜ਼ ਮੈਨੂੰ ਅੰਜੀ ਤੁਸੀਂ ਸਪੋਰਟ ਕਰਦੇ ਰਹੇ ਨਾ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ थैंक यू फ्रेंड ਆਪਾਂ ਕੱਲੂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਉਦੋਂ ਦੇ ਲਈ ਓਕੇ ਟਾਟਾ ਬਾਏ ਬਾਏ ਤੇ ਰਮਨਿਤ ਦੇ ਡੈਡੀ ਨੂੰ ਆਪਾਂ ਮਨਾਉਣ ਦੀ ਕੋਸ਼ਿਸ਼ ਕਰਦੀ ਐ ਮੈਂ ਦੇਖਦੀ ਐ ਸ਼ਾਮ ਤੱਕ ਇਹਨਾਂ ਦਾ ਮੂੰਡ ਬਦਲਦਾ ਕੀ ਨਹੀਂ ਓਕੇ ਬਾਏ